ਆਪ ਗੱਲ ਸੁਣ, ਤੇਰੇ ਕੋਲ ਪੇਪਰ ਮੰਗਣ ਡੇ ਆ, ਤੂੰ ਮਗੋ ਹੋਰ ਗੱਲਾਂ ਬਾਤਾਂ ਕਰਨ ਡਿਆ, ਤੂੰ ਇਹ ਕਹਿੰਦੇ ਵੀ ਪੇਪਰ ਕੱਢ, ਪੇਪਰ ਕੱਢ, ਠੀਕ ਹੈ ਨਾ, ਵੀ ਪੇਪਰ ਕੱਢ ਆਪਣੇ। ਲੰਡੀ ਜੀਪ ਦੇ ਵਿੱਚ ਸਵਾਰ ਹੋ ਕੇ ਇਹ ਨੌਜਵਾਨ ਸ਼ਹਿਰ ਦੇ ਵਿੱਚ ਗੇੜੀਆਂ ਮਾਰ ਰਹੇ ਸੀ ਜਦੋਂ ਪੁਲਿਸ ਨੇ ਇਹਨਾਂ ਨੂੰ ਨਾਕੇ ਤੋਂ ਰੋਕਿਆ। ਮੁਲਾਜ਼ਮਾਂ ਨੇ ਇਹਨਾਂ ਤੋਂ ਕਾਗਜ਼ ਮੰਗੇ ਤਾਂ ਇਹਨਾਂ ਨੇ ਫੋਨ ਕੱਢ ਲਏ, ਆਪਣੇ ਨਜ਼ਦੀਕੀਆਂ ਦੇ ਨਾਲ ਗੱਲਬਾਤ ਕਰਾਉਣੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ ਕੋਰਾ ਜਵਾਬ ਦੇ ਦਿੱਤਾ, ਕਿਸੇ ਦੀ ਇੱਕ ਨਾ ਸੁਣੀ, ਇਸ ਜੀਪ ਦਾ ਮੋਟਾ ਚਲਾਨ ਕੱਟ ਦਿੱਤਾ। ਹੁਣ ਇਹ ਜੀਪ ਥਾਣੇ ਦੇ ਵਿੱਚ ਹੈ। ਨੌਜਵਾਨਾਂ ਦੇ ਵੱਲੋਂ ਬਹਿਸਬਾਜ਼ੀ ਵੀ ਕੀਤੀ ਗਈ ਪਰ ਪੁਲਿਸ ਨੇ ਕਿਸੇ ਦੀ ਇੱਕ ਨਾ ਸੁਣੀ। ਦੱਸਦੇ ਕਿ ਇਸ ਲੰਡੀ ਜੀਪ ਦੇ ਕਾਗਜ਼ ਵੀ ਪੂਰੇ ਨਹੀਂ ਸਨ ਔਰ ਨੌਜਵਾਨ ਸ਼ਹਿਰ ਦੇ ਵਿੱਚ ਟ੍ਰੈਫਿਕ ਰੂਲਸ ਤੋੜਦੇ ਨਜ਼ਰ ਆ ਰਹੇ ਸੀ ਤਾਂ ਨਾਕੇ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ, ਕਾਗਜ਼ ਮੰਗੇ ਗਏ ਤਾਂ ਇਹਨਾਂ ਕੋਲ ਕੁਝ ਵੀ ਨਹੀਂ ਸੀ ਤਾਂ ਪੁਲਿਸ ਨੇ ਮੋਟਾ ਚਲਾਨ ਕੱਟਿਆ ਔਰ ਇਸ ਲੰਡੀ ਜੀਪ ਨੂੰ ਥਾਣੇ ਦੇ ਵਿੱਚ ਲੈ ਗਏ। ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ, ਕੁਝ ਮੁੰਡੇ ਬਿਨਾਂ ਕਾਗਜ਼ਾਂ ਤੋਂ ਲੰਡੀ ਜੀਪ ਤੇ ਸ਼ਹਿਰ ਦੇ ਵਿੱਚ ਗੇੜੀ ਲਗਾ ਰਹੇ ਸੀ ਔਰ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਕੋਲ ਕਾਗਜ਼ ਨਹੀਂ ਸਨ। ਇਹਨਾਂ ਨੇ ਮੋਬਾਈਲ ਫੋਨ ਕੱਢ ਕੇ ਆਪਣੇ ਜਾਣਕਾਰਾਂ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਅੱਗੇ ਆਏ ਤਾਂ ਪੁਲਿਸ ਨੇ ਇਹਨਾਂ ਦੀ ਇੱਕ ਨਾ ਸੁਣੀ ਤਾਂ ਇਹ ਨੌਜਵਾਨ ਬਹਿਸਬਾਜ਼ੀ ਤੇ ਉੱਤਰ ਆਏ। ਬਿਨਾਂ ਦੇਰੀ ਤੋਂ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਦਾ ਮੋਟਾ ਚਲਾਨ ਕੱਟਿਆ ਗਿਆ। ਇਹ ਵੇਖੋ ਜੀ, ਨਾਕੇ ਤੇ ਖੜੇ ਹਾਂ, ਇਹ ਦੋ ਨੌਜਵਾਨ ਆਏ ਆ, ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਵਿਖਾਓ। ਇਹਨਾਂ ਨੇ ਦੇਖੋ, ਤੁਸੀਂ ਦੇਖ ਸਕਦੇ ਹੋ ਪਿਸਤੇ 'ਤੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ, ਅਤੇ ਨਾ ਕੋਈ ਆਪਣਾ ਡਰਾਈਵਰ ਲਾਇਸੈਂਸ, ਨਾ ਕੋਈ ਆਰਸੀ ਪੇਸ਼ ਕੀਤੀ ਇਹਨਾਂ ਨੇ। ਫਿਰ ਇਹਨਾਂ ਦਾ 207 ਮੋਟਰ ਵੀ ਕਲੈਕਟਰ ਬੰਦ ਕਰਤੇ ਜੀ। ਸਵਾਰਸਾਂ 5-4 ਫੋਨ ਕਰਾਏ ਜੀ ਇਹਨਾਂ ਨੇ, ਪਰ ਆਪਾਂ ਸੁਣੇ ਨਹੀਂ ਹੈਗੇ ਜੀ। ਬਹਿਸਬਾਜ਼ੀ ਤਾਂ ਤੁਹਾਨੂੰ ਪਤਾ ਹੀ ਹੈ, ਜਦੋਂ ਕਿਸੇ ਦਾ ਵੀ ਚਲਾਨ ਕਰਾਂਗੇ ਬਹਿਸਬਾਜ਼ੀ ਦਾ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਈਗੋ ਹੈਗੀ ਆ ਜੀ। ਇਹ ਜੀ ਆਪਣਾ ਜਲੰਧਰ ਰੋਡ 'ਤੇ ਆਪਣਾ ਗੱਡੀ ਇਹ ਸਾਡੇ ਮੁਲਾਜ਼ਮ ਨੇ ਰੋਕੀ ਸੀਗੀ, ਇਹਦੇ ਆਪਣਾ ਡਾਕੂਮੈਂਟ ਆਪਣੇ ਇੱਥੇ ਫੋਨ ਵਾਸਤੇ ਆ, ਅਤੇ ਕੋਈ ਆਪਣੇ ਮੌਕੇ ਡਾਕੂਮੈਂਟ ਕੋਈ ਪੇਸ਼ ਨਹੀਂ ਕਰ ਸਕੇ ਜੀ, ਅਤੇ ਉਹ ਕਾਫੀ ਬਦਤਮੀ ਨਾਲ ਪੇਸ਼ ਆਏ ਮੁਲਾਜ਼ਮਾਂ 'ਤੇ, ਹੁਣ ਅਸੀਂ ਇਹ ਗੱਡੀ ਇਹ ਬੋਨ ਕਰਤੀ ਹੈ। ਨਹੀਂ ਇਹ ਸਰ ਸੈਂਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਜੀ। ਕੋਈ ਕਾਗਜ਼ ਕੋਈ ਨਹੀਂ ਮਿਲਿਆ? ਨਹੀਂ ਸਰ ਕੋਈ ਨਹੀਂ, ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ। ਹਾਂਜੀ ਸਰ, ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ, ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ, ਜੋ ਆਪਣੇ ਐਸ ਪਰ ਲਾ ਜੋ ਕਾਰਵਾਈ ਕਰਤੀ ਹੈ ਗੱਡੀ ਬੋਨ ਕਰਤੀ ਹੈ।